ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸਾਡੇ YouTube ਚੈਨਲ ਇੰਦਰ ਇੰਟਰਨੈਟ ਕੈਫੇ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪਜੀ ਚੰਡੀਗੜ੍ਹ ਵੱਲੋਂ 13 ਰੈਗੂਲਰ ਪੋਸਟਾਂ ਦੀ ਭਾਰਤੀ ਲਈ ਆਨਲਾਈਨ ਅਰਜ਼ੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਸੋ ਅੱਜ ਦੀ ਇਸ ਵੀਡੀਓ ਵਿੱਚ ਪਜੀ ਚੰਡੀਗੜ੍ਹ ਵੱਲੋਂ ਅਨਾਉਂਸ ਕੀਤੀਆਂ ਗਈਆਂ ਪੋਸਟਾਂ ਬਾਰੇ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਾਂਗੇ ਜਿਹੜੇ ਦੋਸਤੋ ਮਿੱਤਰ ਸਾਡੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹਨ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ 올 ਨੋਟੀਫਿਕੇਸ਼ਨ ਲਈ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਜੋ ਫਿਊਚਰ ਵਿੱਚ ਆਉਣ ਵਾਲੀ ਹਰ ਨਵੀਂ ਅਪਡੇਟ ਬਾਰੇ ਤੁਹਾਨੂੰ ਜਾਣਕਾਰੀ ਮਿਲ ਸਕੇ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ ਮੈਡੀਕਲ এডਿਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਵੱਲੋਂ ਰੈਗੂਲਰ ਬੇਸ ਤੇ 8 ਸਟੋਰ ਕੀਪਰ ਅਤੇ 5 ਫਿਲਬਾ ਮੈਸਿੰਗਾਂ ਪੋਸਟਾਂ ਲਈ ਕਿਸ਼ਾਂ ਦੀ ਮੰਗ ਕੀਤੀ ਗਈ ਹੈ 24 ਕੈਂਡੀਡੇਟ ਇਹਨਾਂ ਪੋਸਟਾਂ ਲਈ 14 ਅਕਤੂਬਰ 2020 ਤੋਂ ਪਜੀ ਆਈ ਦੀ ਅਫੀਸ਼ੀਅਲ ਵੈਬਸਾਈਟ www.pgimer.su.in ਤੇ ਰਿਕਰੂਟਮੈਂਟ ਲਿੰਕ ਵੇਚ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 10 ਨਵੰਬਰ 2020 ਰੱਖੀ ਗਈ ਹੈ ਜੇਕਰ ਦੋਸਤੋ ਫੀਸ ਐਪਲੀਕੇਸ਼ਨ ਦੀ ਗੱਲ ਕਰੀਏ ਤਾਂ ਇਹਨਾਂ ਪੋਸਟਾਂ ਲਈ ਫਿਜ਼ੀਕਲ ਹੈਂਡੀਕੈਪਡ ਕੈਂਡੀਡੇਟ ਲਈ ਕੋਈ ਫੀਸ ਨਹੀਂ ਹੋਵੇਗੀ ਜਦਕਿ ਐਸ ਸੀ ਐਸਟੀ ਕੈਂਡੀਡੇਟ ਲਈ 800 ਰੁਪਏ ਫੀਸ ਅਤੇ ਬਾਕੀ ਕੈਟਾਗਰੀ ਜਿਵੇਂ ਕਿ ਜਰਨਲ ਓਬੀਸੀ ਈਡਬਲਯੂਐਸ ਕੈਟਾਗਰੀ ਲਈ 1500 ਰੁਪਏ ਕਲਾਸ ਦਾ ਟ੍ਰਾਂਜੈਕਸ਼ਨ ਫੀਸ ਰੱਖੀ ਗਈ ਹੈ ਕੈਂਡੀਡੇਟਸ ਐਪਲੀਕੇਸ਼ਨ ਫੀਸ ਆਨਲਾਈਨ ਮੋਡ ਰਾਹੀਂ 14 ਅਕਤੂਬਰ 2020 ਤੋਂ 10 ਨਵੰਬਰ 2020 ਤੱਕ ਡੈਬਿਟ ਕ੍ਰੈਡਿਟ ਕਾਰਡ ਜਾਂ ਨੈੱਟ ਬੈਂਕਿੰਗ ਰਾਹੀਂ ਭਰ ਸਕਦੇ ਹਨ ਕੁਆਲੀਫਿਕੇਸ਼ਨ ਏਜ ਲਿਮਟ ਅਤੇ ਬਾਕੀ ਸ਼ਰਤਾਂ ਲਈ ਪਜੀ ਦੀ ਵੈਬਸਾਈਟ www.pgi.mer.asu.in ਤੇ ਵਿਜ਼ਿਟ ਕਰ ਸਕਦੇ ਹੋ ਵੈਬਸਾਈਟ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ। ਜ਼ਿਆਦਾ ਜਾਣਕਾਰੀ ਲਈ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ। ਸੋ ਦੋਸਤੋ ਵੀਡੀਓ ਤੇ ਜਾਣਕਾਰੀ ਨੂੰ ਆਪਣੇ ਫਰੈਂਡ ਸਰਕਲ ਵਿੱਚ ਜ਼ਰੂਰ ਸ਼ੇਅਰ ਕਰੋ। ਧੰਨਵਾਦ।